ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਔਸਮ ਆਰਟ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਅੱਜ ਫਿਰ ਹਾਜ਼ਰ ਹਾਂ ਤੁਹਾਡੇ ਲਈ ਇੱਕ ਹੋਰ ਡਿਜ਼ਾਈਨ ਲੈ ਕੇ, ਤੇ ਅੱਜ ਜਿਹੜਾ ਡਿਜ਼ਾਈਨ ਲੈ ਕੇ ਆਈ ਹਾਂ ਉਹ ਲੇਡੀਜ਼ ਕੋਟੀ ਦਾ ਡਿਜ਼ਾਈਨ ਹੈ। ਬਹੁਤ ਹੀ ਪਿਆਰਾ ਤੇ ਬਹੁਤ ਸੌਖਾ ਡਿਜ਼ਾਈਨ ਹੈ। ਸਿਰਫ 4 ਸਲਾਈਆਂ ਦਾ ਡਿਜ਼ਾਈਨ ਹੈ ਤੇ 4 ਸਲਾਈਆਂ ਵਿੱਚ ਡਿਜ਼ਾਈਨ ਜਿਹੜਾ ਬਣਦਾ ਜਾਣਾ ਹੈ। 4 ਸਲਾਈਆਂ ਤੋਂ ਬਾਅਦ ਉਹੀ 4 ਸਲਾਈਆਂ ਅਸੀਂ ਬਾਰ ਬਾਰ ਰਿਪੀਟ ਕਰਦੇ ਜਾਣਾ ਹੈ ਤੇ ਡਿਜ਼ਾਈਨ ਸਾਡਾ ਜਿਹੜਾ ਬਣ ਕੇ ਰੈਡੀ ਹੁੰਦਾ ਜਾਣਾ ਹੈ। ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ ਤੇ ਇਸ ਡਿਜ਼ਾਈਨ ਦੀ ਖਾਸੀਅਤ ਇਹ ਹੈ ਕਿ ਇਸ ਨੂੰ ਆਪਾਂ ਬਲੈਕ ਕਲਰ ਤੇ ਵੀ ਪਾ ਸਕਦੇ ਹਾਂ। ਬਹੁਤ ਸਾਰੇ ਡਿਜ਼ਾਈਨ ਆਪਾਂ ਬਲੈਕ ਕਲਰ ਤੇ ਨਹੀਂ ਪਾ ਸਕਦੇ, ਬਟ ਇਸ ਡਿਜ਼ਾਈਨ ਨੂੰ ਆਪਾਂ ਬਲੈਕ ਕਲਰ ਤੇ ਵੀ ਪਾ ਸਕਦੇ ਹਾਂ। ਮੈਂ ਇੱਥੇ ਤੁਹਾਨੂੰ ਬਲੈਕ ਤੇ ਤਾਂ ਨਹੀਂ ਦਿਖਾ ਰਹੀ ਕਿਉਂਕਿ ਬਲੈਕ ਤੇ ਵੀਡੀਓ ਜਿਹੜੀ ਆ ਉਹ ਕਲੀਅਰ ਨਜ਼ਰ ਨਹੀਂ ਆਉਂਦੀ ਤੇ ਤੁਹਾਨੂੰ ਡਿਜ਼ਾਈਨ ਜਿਹੜਾ ਉਹ ਸਮਝ ਨਹੀਂ ਸੀ ਆਉਣਾ। ਇਸ ਲਈ ਮੈਂ ਇੱਥੇ ਇਹ ਗਾਜਰੀ ਕਲਰ ਲਿਆ ਹੋਇਆ ਹੈ, ਔਰੇਂਜ ਗਾਜਰੀ ਕਲਰ ਹੈ, ਤੇ ਇਸ ਤੇ ਆਪਾਂ ਡਿਜ਼ਾਈਨ ਜਿਹੜਾ ਬਣਾ ਕੇ ਤੁਹਾਨੂੰ ਦਿਖਾਵਾਂਗੇ। ਤੇ ਡਿਜ਼ਾਈਨ ਨੂੰ ਬਣਾਉਣ ਵਾਸਤੇ 10-10 ਦੇ ਹਿਸਾਬ ਨਾਲ ਕੁੰਡੇ ਲੈਣੇ ਪੈਂਦੇ ਨੇ। 10-10 ਦੇ ਹਿਸਾਬ ਨਾਲ ਕੁੰਡੇ ਲੈ ਕੇ 8 ਕੁੰਡੇ ਆਪਾਂ ਵਾਧੂ ਲੈਣੇ ਨੇ, 6 ਕੁੰਡੇ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ ਤੇ 2 ਕੁੰਡੇ ਦੋਨਾਂ ਸਾਈਡ ਤੇ ਐਡਜਸਟ ਵਾਸਤੇ। ਤੇ ਬਹੁਤ ਹੀ ਸੌਖਾ ਤੇ ਸਿੰਪਲ ਡਿਜ਼ਾਈਨ ਹੈ। ਤੇ ਨੀਚੇ ਤੁਸੀਂ ਕੋਈ ਬਾਰਡਰ ਬਣਾ ਲਓ ਤੇ ਬਾਰਡਰ ਬਣਾਉਣ ਤੋਂ ਬਾਅਦ ਹੀ ਇਹ ਵਾਲਾ ਡਿਜ਼ਾਈਨ ਜਿਹੜਾ ਸ਼ੁਰੂ ਕਰਿਓ ਤੇ ਫਿਰ ਜ਼ਿਆਦਾ ਜਿਹੜਾ ਵਧੀਆ ਲੱਗੇਗਾ ਇਹ ਡਿਜ਼ਾਈਨ। ਤੇ ਸਿੱਧੀ ਸਾਈਡ ਤੋਂ ਹੁਣ ਆਪਾਂ ਡਿਜ਼ਾਈਨ ਸ਼ੁਰੂ ਕਰਾਂਗੇ। ਡਿਜ਼ਾਈਨ ਦੀ ਪਹਿਲੀ ਸਿਲਾਈ ਆ, ਪਹਿਲਾ ਕੁੰਡਾ ਉਤਾਰ ਲਿਆ, 6 ਕੁੰਡੇ ਸਿੱਧੇ ਬਣਾਉਂਦੇ, 1, 2, 3, 4, 5, 6 6 ਕੁੰਡੇ ਸਿੱਧੇ ਬਣਾ ਕੇ ਹੁਣ ਆਪਾਂ 4 ਵਾਰ ਵਲ ਪਾਉਣੇ ਆ। ਵੇਖੋ, 1 ਵਲ ਪਾ ਲਿਆ, 1, ਫਿਰ ਦੂਜੀ ਵਾਰ ਵਲ ਪਾ ਲਿਆ, ਜਾਲੀ, ਮਤਲਬ ਜਾਲੀ ਪਾਉਣੀ ਆਪਾਂ 4 ਵਾਰ, 2 ਵਾਰ ਪਾ ਲਈ, ਫਿਰ 3 ਵਾਰ ਪਾ ਲਈ, ਤੇ ਇਹ ਜਿਹੜੀ ਆ ਇਹ ਆਪਾਂ 4 ਵਾਰ ਪਾ ਲਈ। ਇਹ ਸਾਡਾ ਹੁਣ 10 ਕੁੰਡਿਆਂ ਦਾ ਡਿਜ਼ਾਈਨ ਹੋ ਗਿਆ। ਤੁਸੀਂ ਵੇਖ ਸਕਦੇ ਹੋ 6 ਕੁੰਡੇ ਪਹਿਲਾਂ ਆਪਾਂ ਬਣਾਏ ਨੇ ਤੇ ਫਿਰ ਉਸ ਤੋਂ ਬਾਅਦ 4 ਕੁੰਡਿਆਂ ਦੇ ਵਿੱਚ ਆਪਾਂ ਜਾਲੀ ਪਾਈ ਆ। ਵੇਖੋ, 1, 2, 3 ਤੇ 4 ਕੁੰਡਿਆਂ ਦੇ ਵਿੱਚ ਆਪਾਂ ਜਾਲੀ ਪਾਈ ਆ। ਇਹੀ 10 ਕੁੰਡੇ ਫਿਰ ਰਿਪੀਟ ਕਰਾਂਗੇ। 6 ਕੁੰਡੇ ਪਹਿਲਾਂ ਸਿੱਧੇ ਬਣਾਵਾਂਗੇ, 2, 3, 4, 5 ਤੇ 6 6 ਕੁੰਡੇ ਸਿੱਧੇ ਬਣਾ ਲਏ, ਹੁਣ ਜਾਲੀ ਪਾਵਾਂਗੇ, 1, 2, 3 ਤੇ 4 4 ਵਾਰ ਆਪਾਂ ਜਾਲੀ ਪਾ ਲੈਣੇ ਆ। ਲਾਸਟ ਤੇ ਜਾ ਕੇ ਹੁਣ ਡਿਜ਼ਾਈਨ ਨੂੰ ਸੈੱਟ ਕਰਨ ਵਾਸਤੇ 6 ਕੁੰਡੇ ਆਪਾਂ ਫਿਰ ਸਿੱਧੇ ਬਣਾ ਲੈਣੇ, 2, 3, 4, 5, 6 ਤੇ ਲਾਸਟ ਵਾਲਾ ਕੁੰਡਾ ਜਿਹੜਾ ਇਹਨੂੰ ਵੀ ਆਪਾਂ ਸਿੱਧਾ ਬਣਾ ਲਾਂਗੇ। ਇਹ ਸਾਡੀ ਪਹਿਲੀ ਸਿਲਾਈ ਬਣ ਗਈ ਹੈ ਡਿਜ਼ਾਈਨ ਦੀ। ਹੁਣ ਆ ਗਏ ਹਾਂ ਡਿਜ਼ਾਈਨ ਦੀ ਦੂਸਰੀ ਸਿਲਾਈ ਤੇ। ਪਹਿਲਾ ਕੁੰਡਾ ਉਤਾਰ ਲਿਆ ਆ, ਫਿਰ ਹੁਣ ਧਾਗਾ ਆਪਣਾ ਪਿਛਲੇ ਪਾਸੇ ਆਪਾਂ ਕਰ ਲੈਣਾ ਤੇ ਪੂਰੀ ਸਿਲਾਈ ਜਿਹੜੀ ਇਧਰਲੀ ਸਾਈਡ ਤੋਂ ਆਪਾਂ ਸਿੱਧੀ ਸਿੱਧੀ ਬਣਾਉਣੀ ਆ, 1, 2, 3, 4, 5, 6 ਇਹ ਵਾਲੇ 6 ਕੁੰਡੇ ਵੀ ਆਪਾਂ ਸਿੱਧੇ ਬਣਾ ਲਏ, ਅੱਗੇ ਜਿਨ੍ਹਾਂ ਤੇ ਆਪਾਂ ਜਾਲੀਆਂ ਪਾਈਆਂ ਸੀ ਇਹ ਵੀ ਸਿੱਧੇ ਬਣਾਉਣੇ, 1, 2, 3, 4, 5, 6, 7 ਤੇ 8 ਕਿਉਂਕਿ 4 ਕੁੰਡਿਆਂ ਦੇ ਵਿੱਚ ਆਪਾਂ ਜਾਲੀਆਂ ਪਾਲੀਆਂ ਸੀ, ਇਹ ਸਾਡੇ 8 ਕੁੰਡੇ ਹੋ ਗਏ। ਪੂਰੀ ਸਿਲਾਈ ਇਸੇ ਤਰ੍ਹਾਂ ਆਪਾਂ ਸਿੱਧੀ ਸਿੱਧੀ ਬਣਾਉਂਦੇ ਜਾਣਾ ਹੈ ਉਲਟੇ ਪਾਸੇ। ਬਹੁਤ ਸੌਖਾ ਤੇ ਬਹੁਤ ਪਿਆਰਾ ਡਿਜ਼ਾਈਨ ਬਣੇਗਾ ਜਦੋਂ ਤੁਸੀਂ ਇਸ ਨੂੰ ਬਣਿਆ ਹੋਇਆ ਦੇਖੋਗੇ। ਤੇ ਇਹ ਲੇਡੀਜ਼ ਕੋਟੀ ਤੇ, ਜੈਕਟ ਤੇ ਜਾਂ ਬੱਚਿਆਂ ਦੀ ਫਰਾਕ ਤੇ ਤੁਸੀਂ ਪਾਓਗੇ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਲੱਗੇਗਾ।
ਪੂਰੀ ਸਿਲਾਈ ਆਪਾਂ ਉਲਟੇ ਪਾਸਿਓਂ ਸਿੱਧੀ ਸਿੱਧੀ ਬਣਾ ਲਈ ਆ। ਇਹ ਹੁਣ ਸਾਡੀ ਸਿੱਧੀ ਸਿਲਾਈ ਦੇ ਵਿੱਚ ਕੁੰਡੇ ਜਿਹੜੇ ਨੇ ਉਹ ਵੱਧ ਗਏ ਨੇ। ਲਾਸਟ ਵਾਲਾ ਕੁੰਡਾ ਜਿਹੜਾ ਉਹਨੂੰ ਆਪਾਂ ਉਲਟਾ ਬਣਾ ਲੈਣਾ। ਹੁਣ ਆ ਗਿਆ ਡਿਜ਼ਾਇਨ ਦੀ ਤੀਸਰੀ ਸਿਲਾਈ ਤੇ। ਤੀਸਰੀ ਸਿਲਾਈ ਵੇਖੋ ਕਿਸ ਤਰ੍ਹਾਂ ਬਣੇਗੀ। ਪਹਿਲਾਂ ਕੁੰਡਾ ਉਤਾਰ ਲਿਆ, ਫਿਰ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ। ਪੰਜ ਕੁੰਡੇ ਉਲਟੇ, ਇੱਕ ਦੋ ਤਿੰਨ ਚਾਰ ਪੰਜ, ਪੰਜ ਕੁੰਡੇ ਉਲਟੇ ਬਣਾ ਲਏ ਨੇ। ਹੁਣ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰ ਲਿਆ, ਧਾਗਾ ਪਿੱਛੇ ਕਰਾਂਗੇ, ਪੰਜ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ ਤੇ ਪੰਜ, ਪੰਜ ਕੁੰਡੇ ਸਿੱਧੇ ਬਣਾ ਲਏ। ਹੁਣ ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਇਹ ਸਾਡਾ 10 ਕੁੰਡਿਆਂ ਦਾ ਡਿਜ਼ਾਇਨ ਜਿਹੜਾ ਰਿਪੀਟ ਹੋ ਗਿਆ। ਅੱਗੇ ਫਿਰ ਆਪਾਂ ਫਿਰ ਇੱਥੋਂ ਸਟਾਰਟਿੰਗ ਤੋਂ ਜਿੱਦਾਂ ਕੀਤਾ ਹੈ, ਪੰਜ ਕੁੰਡੇ ਪਹਿਲਾਂ ਉਲਟੇ, ਇੱਕ ਦੋ ਤਿੰਨ ਚਾਰ ਤੇ ਪੰਜ, ਪੰਜ ਉਲਟੇ ਬਣਾ ਲਏ। ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ, ਫਿਰ ਧਾਗਾ ਪਿੱਛੇ ਕਰਾਂਗੇ, ਪੰਜ ਕੁੰਡੇ ਸਿੱਧੇ, ਇੱਕ ਦੋ ਤਿੰਨ ਚਾਰ ਤੇ ਪੰਜ, ਧਾਗਾ ਆਪਣੀ ਵਾਲੀ ਸਾਈਡ ਕਰਾਂਗੇ, ਦੋ ਕੁੰਡਿਆਂ ਤੋਂ ਇੱਕ ਕੁੰਡਾ ਕਰਾਂਗੇ। ਬਾਕੀ ਜਿਹੜੇ ਬਚਦੇ ਕੁੰਡੇ ਉਹਨਾਂ ਨੂੰ ਵੀ ਆਪਾਂ ਉਲਟੇ ਬਣਾ ਲੈਣੇ। ਧਾਗਾ ਪਿੱਛੇ ਕਰਾਂਗੇ, ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ। ਹੁਣ ਆ ਗਏ ਹਾਂ ਡਿਜ਼ਾਇਨ ਦੀ ਆਪਾਂ ਚੌਥੀ ਤੇ ਲਾਸਟ ਸਿਲਾਈ ਤੇ। ਪਹਿਲਾ ਕੁੰਡਾ ਉਤਾਰ ਲਿਆ, ਫਿਰ ਪੰਜ ਕੁੰਡੇ ਉਲਟੇ, ਇੱਕ ਦੋ ਤਿੰਨ ਚਾਰ ਪੰਜ, ਪੰਜ ਕੁੰਡੇ ਉਲਟੇ, ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ, ਫਿਰ ਇੱਕ ਦੋ ਤਿੰਨ ਚਾਰ ਪੰਜ ਕੁੰਡੇ ਉਲਟੇ, ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ, ਫਿਰ ਪੰਜ ਕੁੰਡੇ ਉਲਟੇ, ਇੱਕ ਦੋ ਤਿੰਨ ਚਾਰ ਪੰਜ ਉਲਟੇ, ਫਿਰ ਦੋ ਕੁੰਡਿਆਂ ਤੋਂ ਇੱਕ ਕੁੰਡਾ, ਫਿਰ ਇੱਕ ਦੋ ਤਿੰਨ ਚਾਰ ਪੰਜ ਉਲਟੇ, ਫਿਰ ਦੋ ਕੁੰਡਿਆਂ ਤੋਂ ਇੱਕ। ਇਹ ਸਾਡੀਆਂ ਚਾਰ ਸਿਲਾਈਆਂ ਬਣ ਗਈਆਂ। ਚਾਰ ਸਿਲਾਈਆਂ ਬਣਨ ਤੋਂ ਬਾਅਦ ਡਿਜ਼ਾਇਨ ਜਿਹੜਾ ਇਸ ਤਰ੍ਹਾਂ ਬਣ ਕੇ ਆਇਆ ਹੈ। ਅਤੇ ਜਦੋਂ ਆਪਾਂ ਇਹੀ ਚਾਰ ਸਿਲਾਈਆਂ ਬਾਰ ਬਾਰ ਰਿਪੀਟ ਕਰਦੇ ਜਾਣਾ ਆ, ਅਤੇ ਅੱਗੇ ਤੋਂ ਅੱਗੇ ਡਿਜ਼ਾਇਨ ਸਾਡਾ ਜਿਹੜਾ ਇਸ ਤਰੀਕੇ ਦੇ ਨਾਲ ਬਣ ਕੇ ਰੈਡੀ ਹੁੰਦਾ ਜਾਣਾ ਹੈ। ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ, ਅਤੇ ਵੀਡੀਓ ਨੂੰ ਵੀ ਲਾਈਕ ਕਰਿਓ, ਕਮੈਂਟ ਕਰਕੇ ਦੱਸਣਾ ਡਿਜ਼ਾਇਨ ਕਿਸ ਤਰ੍ਹਾਂ ਦਾ ਲੱਗਾ ਹੈ। ਮਿਲਦੇ ਹਾਂ ਫਿਰ ਇਸ ਤਰ੍ਹਾਂ ਦੇ ਪਿਆਰੇ ਜਿਹੇ ਡਿਜ਼ਾਇਨ ਦੇ ਨਾਲ ਅਗਲੀ ਵੀਡੀਓ ਵਿੱਚ। ਐਂਡ ਤੱਕ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।